ਹਾਂਜੀ ਸਤਿ ਸ੍ਰੀ ਅਕਾਲ ਤੇ ਸਾਡੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਜਿਹੜੀ ਤੁਸੀਂ ਸਕਰੀਨ ਤੇ ਫੋਟੋ ਦੇਖ ਰਹੇ ਹੋ ਉਸ ਤਰ੍ਹਾਂ ਤੁਸੀਂ ਐਡਿਟਿੰਗ ਕਿਦਾਂ ਕਰ ਸਕਦੇ ਹੋ ਸਿਰਫ ਇੱਕ ਕਲਿੱਕ ਨਾਲ ਹੀ ਸਭ ਤੋਂ ਪਹਿਲਾਂ ਤੁਸੀਂ Play Store ਤੇ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰ ਲਿਓ ਜਿਸ ਦਾ ਨਾਮ ਹੈ Moho Room ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਤੋਂ ਬਾਅਦ ਤੁਸੀਂ ਆਪਣਾ ਡਾਟਾ ਔਨ ਕਰਕੇ ਇਸ ਨੂੰ ਓਪਨ ਕਰ ਲਿਓ ਐਪਲੀਕੇਸ਼ਨ ਖੋਲਣ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਪੇਜ ਖੁੱਲ ਜੂਗਾ ਇਸ ਤੋਂ ਬਾਅਦ ਉੱਪਰ ਤੁਸੀਂ ਵੈਕਟਰ ਤੇ ਕਲਿੱਕ ਕਰ ਦਿਓ ਇਸ ਤੋਂ ਬਾਅਦ ਸੈਕੰਡ ਲਾਈਨ ਵਿੱਚ ਤੀਜੇ ਨੰਬਰ ਤੇ ਜੋ ਤੁਹਾਨੂੰ ਵਿਕਟਰ ਆਰਟ ਦਿਖ ਰਿਹਾ ਉਸ ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਆਪਣੀ ਉਹ ਫੋਟੋ ਤੁਸੀਂ ਸਿਲੈਕਟ ਕਰ ਲਿਓ ਜਿਹੜੀ ਤੁਸੀਂ ਐਡਿਟ ਕਰਨੀ ਚਾਹੁੰਦੇ ਹੋ। ਜਿੱਦਾਂ ਆਪਾਂ ਇਹ ਫੋਟੋ ਐਡਿਟ ਕਰਨੀ ਆ ਇਸ ਨੂੰ ਸਿਲੈਕਟ ਕਰ ਲੈਣੇ ਆ। ਇਸ ਤੋਂ ਬਾਅਦ ਥੋੜਾ ਜਿਹਾ ਵੇਟ ਕਰਿਓ। ਇਸ ਤੋਂ ਬਾਅਦ ਤੁਹਾਡੀ ਫੋਟੋ ਬਣ ਕੇ ਹੋ ਜੂਗੀ ਤਿਆਰ। ਇਸ ਤੋਂ ਬਾਅਦ ਤੁਸੀਂ ਡਾਊਨਲੋਡ ਤੇ ਕਲਿੱਕ ਕਰ ਦਿਓ। ਇੱਦਾਂ ਤੁਹਾਡੀ ਫੋਟੋ ਗੈਲਰੀ ਚ ਸੇਵ ਹੋ ਜਾਊਗੀ। ਇਸ ਤੋਂ ਬਾਅਦ ਤੁਸੀਂ ਆਪਣੀ ਪਿਕਸਲ ਲੈਬ ਐਪਲੀਕੇਸ਼ਨ ਓਪਨ ਕਰ ਲਿਓ ਪਿਕਸਲ ਲੈਬ ਖੋਲਣ ਤੋਂ ਬਾਅਦ ਉੱਪਰ ਤੁਹਾਨੂੰ ਤਿੰਨ ਬਿੰਦੀਆਂ ਵਾਲਾ ਆਪਸ਼ਨ ਤੁਹਾਨੂੰ ਦਿਖ ਰਿਹਾ ਇਸ ਤੇ ਕਰਕੇ ਕਲਿੱਕ ਕਰੋ ਤੋਂ ਬਾਅਦ ਯੂਜ਼ ਮੇਲਸ ਫਰਮ ਗੈਲਰੀ ਇੱਥੇ ਤੁਸੀਂ ਜਿਹੜੀ ਆਪਾਂ ਫੋਟੋ ਉਸ ਐਪ ਤੋਂ ਸੇਵ ਕੀਤੀ ਆ ਉਸ ਨੂੰ ਸਿਲੈਕਟ ਕਰ ਲਿਓ ਇਸ ਤੋਂ ਬਾਅਦ ਜੋ ਨਿਊ ਟੈਬ ਵਾਲਾ ਆਪਸ਼ਨ ਤੁਹਾਨੂੰ ਦਿਖ ਰਿਹਾ ਇਸ ਤੇ ਦੋ ਵਾਰੀ ਕਲਿੱਕ ਕਰ ਦਿਓ ਇੱਥੇ ਤੁਸੀਂ ਆਪਣਾ ਕੋਈ ਵੀ ਨੇਮ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਇੱਦਾਂ ਆਪਾਂ ਆਪਣੀ ਚੈਨਲ ਦਾ ਨੇਮ ਲਿਖ ਲੈਨੇ ਆ ਇਸ ਤੋਂ ਬਾਅਦ ਓਕੇ ਇਸ ਤੋਂ ਬਾਅਦ ਇਸ ਨੂੰ ਬਚਾ ਲਓ ਇਦਾਂ ਟੇਡਾ ਜਾਂ ਕਰ ਲੈਣਾ ਇਸ ਤੋਂ ਬਾਅਦ ਇਦਾਂ ਇਸ ਬੋਰਡ ਵਿੱਚ ਸੈੱਟ ਕਰ ਦਿਓ ਇਸ ਤੋਂ ਬਾਅਦ A ਤੇ ਕਲਿੱਕ ਕਰਕੇ ਇਸ ਤੋਂ ਬਾਅਦ ਕਲਰਸ ਤੇ ਜਾ ਕੇ ਇਸ ਨੂੰ ਰੈੱਡ ਕਰ ਲਿਓ ਇਸ ਤੋਂ ਬਾਅਦ ਟਿੱਕ ਦੇ ਆਪਾਂ ਦੀ ਕਰਦੇ ਕਲਿੱਕ ਇਸ ਤੋਂ ਬਾਅਦ ਜੋ ਫੌਂਟ ਤੁਹਾਨੂੰ ਦਿਖ ਰਿਹਾ ਇਸ ਤੇ ਕਲਿੱਕ ਕਰਕੇ ਇਸ ਤੋਂ ਬਾਅਦ ਨੀਚੇ ਆ ਕੇ ਇਸ ਤੋਂ ਬਾਅਦ ਜੋ ਵਰਗੋ ਫੌਂਟ ਤੁਹਾਨੂੰ ਦਿਖ ਰਿਹਾ ਇੱਥੇ ਆਪਾਂ ਇਹ ਪਾਵਾਂਗੇ ਇਸ ਤੋਂ ਬਾਅਦ ਓਕੇ ਕਰ ਦਿਓ ਇਸ ਤੋਂ ਬਾਅਦ ਇਸ ਨੂੰ ਜੇ ਵੱਡਾ ਛੋਟਾ ਲੱਗਿਆ ਤਾਂ ਤੁਸੀਂ ਇਸ ਨੂੰ ਛੋਟਾ ਕਰਕੇ ਜਾਂ ਵੱਡਾ ਕਰਕੇ ਇਸ ਬੋਰਡ ਵਿੱਚ ਸੈੱਟ ਕਰ ਦਿਓ। ਇਸ ਤੋਂ ਬਾਅਦ ਤੁਸੀਂ ਇੱਧਰ ਆ ਕੇ ਜੋ ਤੁਹਾਨੂੰ ਇੰਬੋਸ ਦਿਖ ਰਿਹਾ ਇਸ ਨੂੰ ਨੇਬਲ ਕਰ ਦਿਓ। ਇਸ ਤੋਂ ਬਾਅਦ ਇੱਕ ਦੇ ਆਪਸੇ ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਜੋ ਐਸਡੀ ਕਾਰ ਵਾਲਾ ਉੱਪਰ ਆਪਸ਼ਨ ਤੁਹਾਨੂੰ ਦਿਖ ਰਿਹਾ ਇਸ ਤੇ ਕਲਿੱਕ ਕਰਕੇ ਇਸ ਤੋਂ ਬਾਅਦ ਸੇਵ ਸਮੀਜ਼ ਦੇ ਇਸ ਤੋਂ ਬਾਅਦ ਸੇਵ ਟੂ ਗੈਲਰੀ। ਇਦਾਂ ਤੁਹਾਡੀ ਫੋਟੋ ਗੈਲਰੀ ਚ ਸੇਵ ਹੋ ਜਾਊਗੀ। ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸ਼ੁਕਰੀਆ